लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। ते ए वितकरा है प्रशासन वालों बीजेपी दे कार्यकर्तावां नूं धमकाण दा ड्राउण दा इस इलेक्शन दे मोड विच और किसी इस तरह दीआं कोझीआं हरकतां तों डरन वाले नहीं असीं अपने पार्टी दे वर्कर नाल चट्टान वांग खड़े हां। लोकसभा हलका श्री आनंदपुर साहिब तो चोण लड़ रहे कांग्रेस उम्मीदवार मनीष तिवाड़ी का अक्ष खराब करने लई उन्हां दे पिता खिलाफ गलत दोषां दी सोशल मीडिया ते वायरल कीती वीडियो दे दोष विच थाना रूपनगर सिटी पुलिस अते CIA 2 दी सांझी टीम वल्लों जांच दौरान भाजपा दे जिला उप प्रधान नरेश चावला नूं गिरफ्तार कीता गया। दस दईए कि नरेश चावला दी गिरफ्तारी तों बाद भाजपा समर्थकां वल्लों कैप्टन खिलाफ जम के नारेबाजी कीती गई। अपने भाजपा प्रधान की गिरफ्तारी तो बाद भाजपा के लीडर अते वर्कर चावला के बचाव विच खड़े होए अते भाजपा प्रधान की गिरफ्तारी नूं विरोधियों की साजिश दस्या। मैं समझदा हां कि यह बहुत वड्डी साजिश है। 295 ए दे आधार दे उत्ते साडे मीत प्रधान नरेश चावला जी दे उपर परचा दर्ज करना जदों कि IT सैल की कोई धारा नहीं लगी और जिहड़ी साइबर क्राइम की धारा इन्होंने ये ते लगाई आ ये धारा उहदे ते बनदी आ जिन्हें ये वीडियो बनाई आ। ਸਾਡੇ ਨਰੇਸ਼ ਚਾਵਲਾ ਜੀ ਬੜੇ ਭੋਲੇ ਭਾਲੇ ਅਤੇ ਛੋਟੇ ਦੁਕਾਨਦਾਰ ਨੇ ਜਿਨ੍ਹਾਂ ਨੂੰ ਇੰਨਾ ਗਿਆਨ ਹੀ ਨਹੀਂ ਆ। ਜਦੋਂ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਇਹ ਵੀਡੀਓ ਫੈਲ ਕੇ ਆਈ ਅਤੇ ਉਹਨਾਂ ਨੇ ਸਿਰਫ ਅਣਜਾਣ ਪੁਣੇ ਦੇ ਵਿੱਚ ਸ਼ੇਅਰ ਦੇ ਉੱਤੇ ਹੱਥ ਦਬਾ ਕੇ ਅਤੇ ਉਹ ਪੋਸਟ ਸ਼ੇਅਰ ਹੋ ਗਈ। ਇੱਕ ਦਿਨ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਨਾਲ ਦੇ ਨਾਲ ਹੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਂਦਾ ਹੈ ਅਤੇ ਅੱਜ ਉਹ ਇੱਥੇ ਪੇਸ਼ ਕਰਨ ਜਾ ਰਹੇ ਮਜਿਸਟਰ ਸਾਹਮਣੇ। ਸਾਨੂੰ ਤਾਂ ਸਿਰਫ ਇਹ ਚੀਜ਼ ਚਾਹੀਦੀ ਆ ਕਿ ਜੇਕਰ ਉਹਨਾਂ ਦਾ FIR ਦੇ ਵਿੱਚ ਨਾਮ ਵੀ ਨਹੀਂ ਹੈ ਅਤੇ ਫਿਰ ਇਹ ਕਿਹੜੀ ਸਾਜਿਸ਼ ਦੇ ਅਧੀਨ ਜਿਹੜਾ ਵਾ ਉਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਦੀ ਗੱਲ ਹੈ ਕਿ ਅਸੀਂ ਵੀ, ਸਾਡੀ ਪਾਰਟੀ ਵੀ ਇਸ ਤਰ੍ਹਾਂ ਦੀ ਆ ਕਿ ਅਸੀਂ ਕਦੀ ਨਹੀਂ ਚਾਹਿਆ ਕਿ ਕਿਸੇ ਦੇ ਨਿੱਜੀ ਜੀਵਨ ਦੇ ਉੱਤੇ ਅਟੈਕ ਕਰਕੇ ਵੋਟਾਂ ਮੰਗੀਆਂ ਜਾਣ। ਵੋਟਾਂ ਮੰਗਣ ਵਾਸਤੇ ਸਾਡੀ ਪਾਰਟੀ ਦਾ ਇੱਕ ਨਿਰਧਾਰਤ ਕੀਤਾ ਗਿਆ ਹੈ ਕਿ ਆਪਣੇ ਵਿਕਾਸ ਦੇ ਆਧਾਰ 'ਤੇ ਵੋਟਾਂ ਮੰਗੋ, ਵਿਰੋਧੀ ਜਿਹੜੀ ਸਰਕਾਰ ਆ ਉਹਦੀ ਨਿੰਦਾ ਕਰਕੇ ਕਰੋ। ਸੋ ਸਾਡੀ ਤਾਂ ਪਾਰਟੀ ਦੀ ਆਈਡੀਆਲੋਜੀ ਨਹੀਂ ਆ, ਇਹ ਤਾਂ ਸ਼ਡਿੰਤਰ ਦੇ ਰਾਹੀਂ ਸਾਡੇ ਜਿਹੜੇ ਵਾਈਸ ਪ੍ਰੈਜੀਡੈਂਟ ਨਰੇਸ਼ ਚਾਵਲਾ ਜੀ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ। ਕੱਲ੍ਹ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਕਿ ਇੱਕ ਸਾਡਾ ਪਾਰਟੀ ਦਾ ਬਹੁਤ ਸੀਨੀਅਰ ਕਾਰਿਆਕਰਤਾ ਜੋ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਵੀ ਹੈ ਉਸਨੂੰ ਪੁਲਿਸ ਉਠਾ ਕੇ ਲੈ ਗਈ। ਅਸੀਂ ਥਾਣੇ 'ਚ ਵੀ ਪਤਾ ਕੀਤਾ, ਉਹ ਕਹਿੰਦੇ ਅਸੀਂ ਸਾਨੂੰ ਕੋਈ ਪਤਾ ਨਹੀਂ। ਫਿਰ ਬਾਅਦ ਵਿੱਚ ਪਤਾ ਲੱਗਿਆ ਕਿ CI ਸਟਾਫ ਵਾਲੇ ਉਹਨੂੰ ਚੱਕ ਕੇ ਰੋਪੜ ਲੈ ਆਏ। ਜਦੋਂ ਮੈਂ SSP ਸਾਹਿਬ ਨਾਲ ਗੱਲ ਕੀਤੀ ਤਾਂ ਪਹਿਲੇ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਨੌਲੇਜ 'ਚ ਨਹੀਂ, ਪਰ ਥੋੜ੍ਹੀ ਦੇਰ ਬਾਅਦ ਫੋਨ ਕਰਨ ਤੋਂ ਬਾਅਦ ਦੁਬਾਰਾ ਜਦੋਂ ਗੱਲ ਹੋਈ ਤਾਂ ਉਹ ਕਹਿੰਦੇ ਹਾਂ ਕੋਈ ਸੋਸ਼ਲ ਮੀਡੀਆ 'ਤੇ ਇਸ ਬੰਦੇ ਨੇ ਗਲਤ ਪੋਸਟ ਪਾਈ ਹੈ। ਜਦੋਂ ਅਸੀਂ ਪੋਸਟ ਦੇਖੀ ਤਾਂ ਉਹ ਪੋਸਟ ਨਾ ਤਾਂ ਇਹਦੇ ਵੱਲੋਂ ਪਈ ਸੀਗੀ, ਇਹਨੇ ਅੱਗੇ ਕੋਈ ਕਿਸੇ ਦੀ ਪੋਸਟ ਆਈ ਨੂੰ ਫਾਰਵਰਡ ਕੀਤਾ ਹੈ, ਜਿਸ ਦੇ ਉੱਤੇ ਇਹਦੇ ਮਨੀਸ਼ ਤਿਵਾੜੀ 'ਤੇ ਇਲਜ਼ਾਮ ਜੋ ਲੱਗੇ ਉਹ ਚਾਹੇ ਜੋ ਮਰਜ਼ੀ ਸੀਗਾ। ਇੱਕ ਤਾਂ 295 A ਜਿਹੜੀ ਇਹਨਾਂ ਨੇ ਧਾਰਾ ਲਾਈ ਹੈ ਉਹ ਕਿਸੇ ਭਾਅ ਨਹੀਂ ਸੀ ਲੱਗ ਸਕਦੀ, ਕਿਉਂਕਿ IT ਐਕਟ ਅਲੱਗ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਜਿਹੜਾ ਵਿਅਕਤੀ ਬੋਲ ਰਿਹਾ ਉਹ ਕੋਈ ਹੋਰ ਹੈ। ਔਰ ਦੂਜਾ ਮੈਂ ਇਹਨਾਂ ਨੂੰ ਕਿਹਾ ਕਿ ਵੀ ਇੱਕ ਆਹ ਮੇਰੇ ਪਾਸ FIR ਹੈ, ਇਹ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਦੇ XML ਨੀਰਜ ਭਾਰਤੀ ਦੇ ਖਿਲਾਫ ਨੰਗਲ ਥਾਣੇ ਵਿੱਚ ਦਰਜ ਹੋਈ ਹੈ। ਇਹਦੇ 'ਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ SSP ਸਾਹਿਬ ਕਹਿੰਦੇ 4 ਵਾਰ ਰੇਡ ਮਾਰੀ ਪਰ ਬੰਦਾ ਮਿਲਿਆ ਨਹੀਂ, ਉਹਨੇ ਹਾਈਕੋਰਟ ਤੋਂ ਬੇਲ ਲੈ ਲਈ ਹੈ। ਪਰ ਲੇਕਿਨ ਜਦੋਂ ਅਸੀਂ ਹਾਈਕੋਰਟ ਦੀ ਉਹਦੇ ਤੋਂ ਸਾਰਾ ਕੁਝ ਪਤਾ ਕੀਤਾ ਤਾਂ ਉੱਥੇ ਕੋਈ ਇਹਦੀ ਬੇਲ ਨਹੀਂ ਹੋਈ। ਅਤੇ ਇਹ ਵਿਤਕਰਾ ਹੈ ਪ੍ਰਸ਼ਾਸਨ ਵੱਲੋਂ BJP ਦੇ ਕਾਰਿਆਕਰਤਾਵਾਂ ਨੂੰ ਧਮਕਾਉਣ ਦਾ, ਡਰਾਉਣ ਦਾ ਇਸ ਇਲੈਕਸ਼ਨ ਦੇ ਮੋਡ ਵਿੱਚ ਕਿ ਕਿਸੇ ਤਰ੍ਹਾਂ BJP ਦੀ ਜਿਹੜੀ ਔਰ ਅਕਾਲੀ ਦਲ ਦੀ ਮੁਹਿੰਮ ਤੇਜ਼ ਹੋ ਰਹੀ ਹੈ ਉਹਨੂੰ ਕਿਸੇ ਠੱਲ ਪਾਈਏ, ਵਰਕਰਾਂ ਨੂੰ ਡਰਾਉਣਾ ਚਾਹੁੰਦੇ ਹਾਂ। ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਭਾਜਪਾ ਇੱਕਜੁੱਟ ਹੈ ਔਰ ਕਿਸੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ, ਅਸੀਂ ਆਪਣੇ ਪਾਰਟੀ ਦੇ ਵਰਕਰ ਨਾਲ ਚਟਾਨ ਵਾਂਗ ਖੜੇ ਹਾਂ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਚਾਵਲਾ ਨੂੰ ਪੁਲਿਸ ਵੱਲੋਂ ਬਾਅਦ ਦੁਪਹਿਰ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਵਿੱਚ ਅਦਾਲਤ ਵੱਲੋਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਰੂਪਨਗਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ ਮਾਮਲੇ ਦੀ ਅਗਲੀ ਸੁਣਵਾਈ 17 ਮਈ 2019 ਤੈਅ ਕੀਤੀ ਗਈ ਹੈ।
ਨਰੇਸ਼ ਕੁਮਾਰ ਜੀ ਨੇ ਚਾਵਲਾ ਤੋਂ ਤੇ ਕੀ ਕੀ ਆਰੋਪ ਕੀ ਹੈ ਇਹਨਾਂ ਤੇ ਵਟਸਐਪ ਤੇ ਮੂਵੀ ਹੋਈ ਬਸ ਵਟਸਐਪ ਦੇ ਵਾਇਰਲ ਕੀਤੀ ਤੇ ਹੁਣ ਕੀ ਸਟੇਟਸ ਹੈਗਾ ਕੋਰਟ ਨੇ ਕੀ ਕਿਹਾ ਹੁਣ 17 ਵਜੇ ਤੱਕ ਜੁਡੀਸ਼ੀਅਲ ਭੇਜਤਾ ਜੀ ਕੀ ਕ੍ਰਾਈਮ ਕੀ ਕੀਤਾ ਸੀ ਇਹਨਾਂ ਨੇ ਕਿਹੜੀ ਕਦੀ ਵੀਡੀਓ ਹੈਗੀ ਕੀ ਹੈਗਾ ਤੇਲ ਪੰਪ ਪੈਟਰੋਲ ਪੰਪ ਦੇ ਦਿੱਲੀ 'ਚ ਭੜਕਾਊ ਅੱਤ ਵਾਰ ਟਾਈਮ ਜੀ ਜਦੋਂ ਲੱਗੇ ਹੋਏ ਸੀ ਉਦੋਂ ਨਹੀਂ ਕਿਹੜੀ ਧਾਰਾ ਹੇਠ ਮਾਮਲਾ ਦਰਜ ਹੈ 295A 500 IPC PSC ਰੂਪਨਗਰ ਤੋਂ ਲਾਡੀ ਖਾਬੜਾ ਦੀ ਰਿਪੋਰਟ ਚੈਨਲ ਪੰਜਾਬ ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ ਇਟਸ ਕੂਲ ਟੂ ਬੀ ਪੰਜਾਬੀ